ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਏਵਨ ਪੰਜਾਬੀ ਟੀ ਵੀ, ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਅਤੇ ਲੈ ਕੇ ਹਾਜ਼ਰ ਹਾਂ ਜੀ ਕਰੰਟ ਇਸ਼ੂ। ਦੋਸਤੋ, ਕਰੰਟ ਇਸ਼ੂ ਲਈ ਚੱਲਦੇ ਹਾਂ ਜੀ ਅੱਜ ਲੁਧਿਆਣਾ ਦੇ ਪਿੰਡ ਮਾਂਗੜ, ਜਿੱਥੋਂ ਬਹੁਤ ਹੀ ਦੁੱਖ ਭਰੀ ਖਬਰ ਆ ਰਹੀ ਹੈ ਜੀ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ। ਕੀ ਹੈ ਜੀ ਸਾਰਾ ਮਾਮਲਾ? ਇਸ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਜੀ, ਉਹਨਾਂ ਤੋਂ ਪੂਰੀ ਜਾਣਕਾਰੀ ਲੈਂਦੇ ਹਾਂ ਇਸ ਬਾਰੇ ਵਿੱਚ। ਹਾਂਜੀ ਪ੍ਰਦੀਪ ਭੰਡਾਰੀ ਜੀ, ਕੀ ਹੈ ਪੂਰਾ ਮਾਮਲਾ ਇਹ ਸਾਰਾ? ਹਾਂਜੀ ਸੋਢੀ ਜੀ, ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਲੁਧਿਆਣਾ ਦੇ ਰਾਹੋਂ ਰੋਡ ਤੇ ਸਥਿਤ ਮਾਂਗੜ ਪਿੰਡ ਦਾ ਜਿਹੜਾ ਇਹ ਮਾਮਲਾ ਹੈਗਾ। ਇੱਥੇ ਪਿਛਲੇ 2 ਮਹੀਨੇ ਪਹਿਲਾਂ ਅਕਤੂਬਰ ਦੇ ਵਿੱਚ ਮੰਦਿਰ ਦੇ ਵਿੱਚ ਸ਼ਿਵ ਪਰਿਵਾਰ ਦੀਆਂ ਜਿਹੜੀ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ ਸੀਗਾ, ਜਿਹਦਾ ਥਾਣਾ ਮਿਹਰਬਾਨ ਦੇ ਵਿੱਚ ਜਿਹੜਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਸ਼ਰਾਰਤੀ ਅਨਸਰਾਂ ਦੇ ਖਿਲਾਫ਼। ਜੀ, ਉਸੇ ਹੀ ਮਾਮਲੇ ਦੇ ਵਿੱਚ ਜਿਹੜਾ ਨਵੇਂ ਸਿਰੇ ਤੋਂ ਕੱਲ ਜਿਹੜੀ ਮੂਰਤੀ ਸਥਾਪਨਾ ਜਿਹੜੀ ਇਹ ਮੰਦਿਰ ਦੇ ਵਿੱਚ ਕੀਤੀ ਜਾ ਰਹੀ ਸੀ, ਤੇ ਫਿਰ ਦੁਆਰ ਤੋਂ ਕੁਛ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਲੋਕਾਂ ਨਾਲ ਹੱਥੋਬਾਈ ਕਰਦੇ ਹੋਏ ਜਿਹੜੀ ਸੀਗੀਆਂ ਮੂਰਤੀਆਂ ਖੋਹ ਕੇ ਜਿਹੜੀਆਂ ਸੁੱਟ ਦਿੱਤੀਆਂ, ਜਿਹਦੇ ਕਰਕੇ ਮੂਰਤੀਆਂ ਖੰਡਿਤ ਹੋ ਗਈਆਂ ਤੇ ਲੋਕਾਂ ਦੀ ਜਿਹੜੀ ਆਸਥਾ ਨੂੰ ਕਾਫ਼ੀ ਠੇਸ ਪਹੁੰਚੀ ਹੈ ਤੇ ਉੱਥੇ ਜਿਹੜੀ ਸਥਿਤੀ ਸੀ ਉਹ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਤਣਾਅਪੂਰਨ ਹੋ ਗਈ ਸੀ। ਜੀ ਭੰਡਾਰੀ ਸਾਹਿਬ, ਜਿਹੜੇ ਮੂਰਤੀਆਂ ਖੰਡਿਤ ਵਾਲੇ ਕਰਨ ਵਾਲੇ ਅਨਸਰ ਸੀਗੇ ਸ਼ਰਾਰਤੀ ਅਨਸਰ ਜਿਹਨੂੰ ਤੁਸੀਂ ਕਹਿ ਰਹੇ ਹੋ, ਉਹਨਾਂ ਚੋਂ ਕਿਸੇ ਦੀ ਪਹਿਚਾਣ ਹੋ ਸਕੀ ਹੈ ਹੁਣ ਤੱਕ? ਹਾਂਜੀ, ਉਹ ਪਿੰਡ ਦੇ ਹੀ ਨੇ, ਜਿਵੇਂ 2 ਧਿਰਾਂ ਹੁੰਦੀਆਂ ਪਿੰਡ ਦੇ ਵਿੱਚ, ਇੱਕ ਧਿਰ ਜਿਹੜੀ ਸੀਗੀ ਉਹ ਮੰਦਿਰ ਦੇ ਨਾਲ ਆਸਥਾ ਰੱਖਣ ਵਾਲੇ ਸੀ, ਜਿਹੜੀ ਦੂਸਰੀ ਧਿਰ ਜਿਹੜੇ ਸ਼ਰਾਰਤੀ ਅੰਤਰ ਨੇ, ਕੁਝ ਲੋਕ ਜਿਹੜੇ ਉਹ ਮੰਦਿਰ ਤੇ ਕਬਜ਼ੇ ਕਰਨ ਦੀ ਜਿਹੜੀ ਨੀਅਤ ਦੇ ਨਾਲ ਜਿਹੜਾ ਉਹਨਾਂ ਨੇ ਇਹ ਜਿਹੜੇ ਕਦਮ ਜਿਹੜਾ ਸੀਗਾ ਇਹ ਉਠਾਇਆ ਸੀਗਾ, ਤੇ ਇਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੀਆਂ ਆਸਥਾ ਨੂੰ ਵੀ ਠੇਸ ਪਹੁੰਚੀ ਹੈ। ਜੀ ਭੰਡਾਰੀ ਸਾਹਿਬ, ਪੁਲਿਸ ਪ੍ਰਸ਼ਾਸਨ ਦਾ ਇਸ ਬਾਰੇ ਕੀ ਕਹਿਣਾ? ਹਾਂਜੀ, ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਸੀਗੇ, ਏਸੀਪੀ ਜਿਹੜੇ ਪਵਨ ਚੌਧਰੀ ਸੀਗੇ, ਉਹਨਾਂ ਨੇ ਮੌਕੇ ਤੇ ਪੁਲਿਸ ਬਲ, ਭਾਰੀ ਪੁਲਿਸ ਬਲ ਦੇ ਨਾਲ ਪਹੁੰਚ ਕੇ ਜਿਹੜਾ ਸਥਿਤੀ ਨੂੰ ਸੀਗਾ ਉਹ ਬੜੀ ਮੁਸ਼ਕਲ ਦੇ ਨਾਲ ਤੇ ਸੂਝਬੂਝ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਕਾਬੂ ਕੀਤਾ, ਤੇ ਕਿਤੇ ਵੀ ਜਿਹੜੀ ਕਿ ਕੋਈ ਦੁਖਦਾਈ ਘਟਨਾ ਹੋਣ ਤੋਂ ਜਿਹੜਾ ਇਹ ਉਹਨਾਂ ਨੇ ਬਚਾਅ ਕੀਤਾ ਤੇ ਬੜੇ ਸੱਜੇ ਢੰਗ ਦੇ ਨਾਲ ਉਹਨਾਂ ਨੇ ਜਿਹੜੀ ਲੋਕਾਂ ਨੂੰ ਮੋਡੀਫਾਈ ਕੀਤਾ ਆ, ਤੇ ਲੋਕ ਜਿਹੜੇ ਸੀਗੇ ਸ਼ਰਾਰਤੀ ਅਨਸਰ ਉਹ ਵੀ ਪੁਲਿਸ ਦੇ ਵੀ ਗੱਲ ਪੈ ਰਹੇ ਸੀਗੇ, ਤੇ ਉਧਰੋਂ ਜਿਹੜੇ ਮੀਡੀਆ ਕਰਮਚਾਰੀਆਂ ਤੇ ਵੀ ਉਹਨਾਂ ਨੇ ਜਿਹੜੇ ਸੀਗੇ ਹੱਥੋਂ ਪਾਈ ਹੋਈ ਆ, ਉਹਨਾਂ ਨਾਲ ਗਾਲੀ ਗਲੋਚ ਕੀਤੀ ਆ ਪੱਤਰਕਾਰਾਂ ਨਾਲ, ਉਹਨਾਂ ਦੇ ਮੋਬਾਈਲ ਜਿਹੜੇ ਸੀ ਉਹ ਕਿ ਤੋੜ ਦਿੱਤੇ ਸ਼ਰਾਰਤੀ ਅਨਸਰਾਂ ਨੇ ਜਿਹੜੇ ਸੀਗੇ, ਤੇ ਫਿਲਹਾਲ ਜਿਹੜੇ ਸੀਗੇ ਪੁਲਿਸ ਪਵਨਜੀਤ ਚੌਧਰੀ ਨੇ ਜਿਹੜੀ ਬੜੀ ਸੂਝਬੂਝ ਦੇ ਨਾਲ ਲੋਕ ਉਹਨਾਂ ਨੂੰ ਸ਼ਾਂਤ ਕਰਕੇ ਤੇ ਜਿਹੜੀ ਸੀਗੀ ਉਹ ਸਥਿਤੀ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਜੀ। ਜੀ ਭੰਡਾਰੀ ਜੀ, ਕਿਸੇ ਸਮੁਦਾਇ ਜਾਂ ਕਿਸੇ ਦਲ ਦੇ ਲੋਕਾਂ ਨੇ ਇਸ ਬਾਰੇ ਕੁਝ ਕੀ ਪ੍ਰਤੀਕਿਰਿਆ ਦਿੱਤੀ ਹੈ? ਹਾਂਜੀ, ਬਜਰੰਗੀ ਦਲ ਦੇ ਜਿਹੜੇ ਹਿੰਦੂ ਸੰਗਠਨ ਦੇ ਜਿਹੜੇ ਲੋਕ ਸੀਗੇ ਉਹ ਉੱਥੇ ਮੌਕੇ ਤੇ ਪਹੁੰਚੇ ਸੀਗੇ, ਉਹਨਾਂ ਨੇ ਵੀ ਇਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਤੇ ਨਕੇਲ ਕੱਸੀ ਜਾਵੇ, ਨਹੀਂ ਤਾਂ ਇਹਦੇ ਜਿਹੜੇ ਨਤੀਜੇ ਆ ਹੋਰ ਵੀ ਜਿਹੜੇ ਗਲਤ ਹੋ ਸਕਦੇ ਆ, ਤੇ ਜਿਵੇਂ ਕਿ ਕੋਈ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਤੇ ਜਿਹਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਖਰਾਬ ਵੀ ਹੋ ਸਕਦਾ ਹੈ, ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਵੇ, ਤੇ ਸੋ ਇਹ ਆ ਵੀ ਜਿਹੜੇ ਸ਼ਰਾਰਤੀ ਅਨਸਰ ਹੈ ਇਹਨਾਂ ਤੇ ਨਕੇਲ ਕੱਸੀ ਜਾਵੇ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਏਸੀਪੀ ਪਵਨ ਸਿੰਘ ਚੌਧਰੀ ਦੀ, ਉਹਨਾਂ ਨੇ ਸੂਝਬੂਝ ਦਿਖਾਉਂਦੇ ਹੋਏ ਜਿਹੜਾ ਸੀਗਾ 2 ਦਿਨ ਦਾ ਟਾਈਮ ਜਿਹੜਾ ਐਤਵਾਰ ਤੱਕ ਦਾ ਟਾਈਮ ਜਿਹੜਾ ਹੈਗਾ ਵਾ ਉਹ ਦੋਨਾਂ ਧਿਰਾਂ ਨੂੰ ਦੇ ਦਿੱਤਾ ਵੀ ਜੇ ਤੁਸੀਂ ਬਹਿ ਕੇ ਆਪਸ ਦੀ ਗੱਲ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਜੇ ਕੋਈ ਨਹੀਂ ਕੋਈ ਨਤੀਜਾ ਨਿਕਲਦਾ ਤੇ ਫਿਰ ਇਹ ਮਾਮਲੇ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। ਜੀ ਭੰਡਾਰੀ ਸਾਹਿਬ, ਭੰਡਾਰੀ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉੱਥੇ ਪੱਤਰਕਾਰਾਂ ਨਾਲ ਵੀ ਮਾਰਕੁੱਟ ਹੋਈ ਹੈ ਤੇ ਪੁਲਿਸ ਵਾਲ ਮੁਲਾਜ਼ਮ ਨਾਲ ਵੀ ਮਾਰਕੁੱਟ ਹੋਈ ਹੈ, ਹੁਣ ਉੱਥੇ ਦਾ ਮਾਹੌਲ ਕਿਵੇਂ ਦਾ? ਹਾਂਜੀ, ਫਿਲਹਾਲ ਉੱਥੇ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਉੱਥੇ ਮੌਕੇ ਤੇ ਮੌਜੂਦ ਹੈ, ਉੱਥੇ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ ਹੈ ਤੇ ਫਿਲਹਾਲ ਜਿਹੜਾ ਹੈਗਾ ਇਲਾਕੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ। ਪਰ ਜੇ ਆਪਾਂ ਗੱਲ ਕਰੀਏ ਵੀ ਪੱਤਰਕਾਰਾਂ ਨਾਲ ਬਦਸਲੂਕੀ ਜ਼ਰੂਰ ਹੋਈ ਹੈ ਪਰ ਮਾਰਕੁੱਟ ਦੀ ਆਪਾਂ ਗੱਲ ਨਹੀਂ ਕਰ ਸਕਦੇ, ਬਦਸਲੂਕੀ ਹੋਈ ਹੈ ਉਹ 'ਚ ਪੱਤਰਕਾਰਾਂ ਦੇ ਜਿਹੜੇ ਮੋਬਾਈਲ ਸੀ ਉਹ ਜ਼ਰੂਰ ਤੋੜੇ ਗਏ ਨੇ ਤੇ ਜਿਹਦੇ ਵਾਸਤੇ ਵੀ ਉਹਨਾਂ ਨੇ ਲਿਖਤੀ ਜਿਹੜੀ ਸ਼ਿਕਾਇਤ ਉਹ ਥਾਣਾ ਮਿਹਰਬਾਨ ਦੇ ਵਿੱਚ ਦੇ ਦਿੱਤੀ ਹੈ। ਜੀ, ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਪ੍ਰਦੀਪ ਭੰਡਾਰੀ ਜੀ, ਜਿਨ੍ਹਾਂ ਨੇ ਸਾਨੂੰ ਇਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਦਿੱਤੀ। ਆਓ ਦੇਖਦੇ ਹਾਂ ਪੁਲਿਸ ਅਧਿਕਾਰੀਆਂ ਦਾ ਇਸ ਬਾਰੇ ਵਿੱਚ ਕੀ ਕਹਿਣਾ ਹੈ। ਮਾਂਗਟ ਹੈ, ਇੱਥੇ ਪਹਿਲੇ ਕੋਈ ਰਜਿਸਟਰਡ ਬੋਡੀ ਆ, ਉਹਨੇ ਇੱਕ ਮੂਰਤੀ ਰੱਖੀ ਹੋਈ ਸੀ, ਫਿਰ ਇਹਨਾਂ ਨੇ ਦੋਨਾਂ ਪਾਰਟੀਆਂ ਨੇ ਆਪਸੀ ਸਹਿਮਤੀ ਦੇ ਨਾਲ ਉਹਨੂੰ ਸ਼ਿਫਟ ਕਰਨ ਵਾਸਤੇ ਕੋਈ ਦੂਸਰੀ ਜਗ੍ਹਾ ਚੁਣ ਲਈ ਸੀ, ਪਰ ਉਹ ਕੰਪਰੋਮਾਈਜ਼ ਜੋ ਇਹਨਾਂ ਦਾ ਚੱਲ ਰਿਹਾ ਸੀ ਉਹ ਸਿਰੇ ਨਹੀਂ ਸੀ ਚੜਿਆ, ਜੇ ਤਾਂ ਇੱਕ ਪਹਿਲਾਂ ਪਰਚਾ ਦਰਜ ਹੋਇਆ ਸੀ ਇਹਨਾਂ 'ਤੇ, ਉਸੀ ਝਗੜੇ ਦਾ ਹੀ ਦੇ ਨਾਲ ਹੀ ਇਹ ਸੰਬੰਧਿਤ ਹੈਗਾ। ਅੱਜ ਫਿਰ ਉਹਨਾਂ ਨੇ ਕੋਈ ਮੂਰਤੀ ਰੱਖਣ ਦੀ ਕੋਸ਼ਿਸ਼ ਕੀਤੀ, ਜਿਹਦੇ ਦੌਰਾਨ ਦੋਨਾਂ ਨੇ ਇਹ ਮਤਲਬ ਕਾਨੂੰਨ ਨੂੰ ਦੋਨਾਂ ਧਿਰਾਂ ਨੇ ਕਾਨੂੰਨ ਨੂੰ ਹੱਥ ਲੈਣ ਦੀ ਕੋਸ਼ਿਸ਼ ਕੀਤੀ। ਅਸੀਂ ਪੜਤਾਲ ਕਰ ਰਹੇ, ਵੈਰੀਫਾਈ ਕਰ ਰਹੇ ਹਾਂ ਔਰ ਪ੍ਰੋਪਰ ਕਾਰਵਾਈ ਕਰਾਂਗੇ ਕਾਨੂੰਨ ਦੇ ਮੁਤਾਬਕ ਦੋਟਿਆਂ ਹੁਣੇ, ਕਿ ਮੈਂ ਜੋ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ ਜਿਹਨੇ ਵੀ ਕੀਤੀ ਹੈ ਉਹਦੇ ਖਿਲਾਫ਼ ਕਾਨੂੰਨ ਦੀ ਕਾਰਵਾਈ ਕਰਾਂਗੇ, ਮੇਰੇ ਨੋਟਿਸ 'ਚ ਨਹੀਂ। ਪੜਤਾਲ ਕਰਦੇ ਹਾਂ, ਅਗਰ ਕਿਸੇ ਨੇ ਕਿਸੇ ਦੀ ਵੀ ਸ਼ਾਨ ਦੇ ਖਿਲਾਫ਼ ਕੋਈ ਗੱਲਬਾਤ ਕੀਤੀ ਹੈ, ਕੋਈ ਕਾਨੂੰਨ ਨੂੰ ਆਪਣੇ ਹੱਥ ਲੈ ਰਿਹਾ ਚਾਹੇ ਕੋਈ ਵੀ ਹੋਵੇ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਮੇਰਾ ਨਾਮ ਮਨੋਜ ਕੁਮਾਰ ਹੈ ਜੀ, ਅਤੇ ਮੈਂ ਹਿੰਦੂ ਵਿਸ਼ਵ ਪ੍ਰੀਸ਼
कुछ समय पहला है कुछ शराती अंसर ने रात को दारू दरू पी के 35-40 बंद ने वो मंदिर तोड़ता सीगा ते खुर्द बुर्द गाता ही उत्ते कोई नामो निशान नहीं रहन दिता सीगा ते बाद चो इन्हां ते परचे हो गए शराती अंसर दे ते अज उस मंदिर दे उत्ते दुबारा जिन्हां दा आस्था दा प्रतीक आ लोगों ने अपनी शिवजी की प्रतिमा ने दुबारा स्थापित करन दी अज जग रख्या होया सी अज उन्हां दी कार सेवा शुरू सीगी ते अज फिर पिंड च उही दुबारा गल कही भी दुबारा शिवजी की मूर्ति खंडित करती दुबारा धक्केशाही नाल उन्होंने तोड़ बन दी। तुसीं जिद्दां मेरे पिछे पई देख ही सकदे हो भी मूर्ति दुबारा खंडित करता यह बड़ा ही विचार योग आ कि अज एक पंजाब दे विच किसी होर धर्म का की करिए जिहड़े हिंदू सिख 9 मास का रिश्ता आ उही आपस दे विच अज इह करी आ रहे इन्हां दा कल आने वाले समय की हालात होणगे। देखो जी जिहड़ी मूर्ति आ उन्हां दा हुण स्थान तां उन्हां ने जिहड़ा देना उह तां देना ही पैणा जी जो गलबात बनदी आ उस हिसाब नाल बाकी ACP साहब पवनजीत जी भी आए ने दविंदर जी भी SHO साहब आए ने मेहरबान थाना तो हुण मूर्ति नूं सड़क ते पिया सी सड़क ते तां रहिण नहीं देवांगे बाकी जो भी कार्रवाई अगे बनती है विभाग नाल मिल के असीं उह भी कार्रवाई दी मंग करदे जिन्हां ने अज मूर्ति तोड़ी उन्हां ते दुबारा इदां दे परचे किते जाण भी उन्हां दी जमानत होण क्योंकि उह जमानत लै के बाहर आ के फिर उही काम कर रहे ने जो पहला कीता। तो दोस्तों तुसीं देखिया कि कुछ शरारती अंसरां वल्लों किस तरह शिव परिवार दीआं मूर्तियां नूं खंडित किया गया जो आप सारे देखते आ रहे कि पिछले कुछ समय पहला भी पंजाब अजिहां बेदबी दीआं घटनावां सामने आईआं सीगीआं हुण प्रशासन नूं लोड़ है इन्हां शरारती अंसरां नूं नत्थ पाउण दी। सो ये सी हुण तक दीआं अपडेट्स नवीआं ते ताज़ियां अपडेट्स लैके फिर हाज़र होवांगे। फिलहाल मैनूं दिओ इजाज़त।